अपने कोल बुला रहा जिसते चल दे जाना है वो रस्ता रा दिखा रहा विरसे दिया मैं का मेरे साहा विच रलिया। जिला होशियारपुर का इतिहासिक पिंड बजवाड़ा कलां जो कि होशियारपुर तो चढ़ते पासे ऊना रोड से करीब 1.5 किलोमीटर की दूरी पर बसया होया है। बिरजू के बाड़े तो जाणिया जाण वाला यह पिंड कदे बहुत ही खुशहाल शहर होया करता सी जिथे अज भी उत्थों दा किला अते सुन्ने पे बाजारां दी झलक देखण नूं मिलदी है। बजवाड़ा कलां दे हुशियार खान नाम दे व्यक्ति ने अपना वसेबा पिंड तों बाहर नवेकली थां ते जाके कर लिया। समां गुजरदा गया हौली हौली इत्थे पिंड बन गया जिसका नाम हुशियार खान दे नां ते रख्या गया हुशियारपुर जो कि अज बड़ा शहर बन दे नाल जिला बन चुकिया है। भारत के मुगलिया सल्तनत का यह शाही किला जिथे कदे नवाब अते अहलकार अपनी हकूमत करया करते सन जिन्हां विच अकबर बादशाह शेर शाह सूरी भूप सिंह संसार चंद टोडरमल खास वर्णन योग हैं। बापू जी जिवें ये तुहाडे पिंड बजवाड़ा दे विच एक किला है ਇਹ ਕਿਲਾ ਦੇ ਬਾਰੇ ਕਿੰਨੀ ਤੁਹਾਨੂੰ ਜਾਣਕਾਰੀ ਹੈ ਕਿਹੜੇ ਰਾਜੇ ਇੱਥੇ ਰਿਹਾ ਕਰਦੇ ਸਨ? ਇੱਥੇ ਜੀ ਮਤਲਬ ਆਪਣੇ ਅਕਬਰ ਬਾਦਸ਼ਾਹ ਦੇ ਜਿਹੜੇ ਸ਼ੇਰ ਸ਼ਾਹ ਸੂਰੀ ਭੂਪ ਸਿੰਘ ਸੰਸਾਰ ਚੰਦ ਇਹ ਤਿੰਨਾਂ ਜਿਹੜੇ ਠੀਕ ਹੈ ਜੀ ਸੰਸਾਰ ਚੰਦ ਠੀਕ ਹੈ ਜੀ ਟੋਡਰਮੱਲ ਦਾ ਅਕਬਰ ਦਾ ਬਾਦਸ਼ਾਹ ਟੋਡਰਮੱਲ ਸੀ ਉਹਦੇ ਵੀ ਕਬਜ਼ੇ 'ਚ ਰਿਹਾ ਫਿਰ ਭੂਪ ਸਿੰਘ ਨੇ ਆ ਕੇ ਮਤਲਬ ਤੀਏ ਬੰਦੇ ਨੇ ਕਬਜ਼ਾ ਕਰ ਲਿਆ ਤਿੰਨਾਂ ਕੋਲ ਪਹਿਲੇ ਰਿਹਾ ਹੈ। ਠੀਕ ਹੈ ਜੀ ਇਹ ਜਿਹੜਾ ਪਿੰਡ ਬਜਵਾੜਾ ਹੈ ਇਹ ਬਹੁਤ ਇਤਿਹਾਸਕ ਤੇ ਪੁਰਾਣਾ ਪਿੰਡ ਹੈ ਪੁਰਾਣਾ ਬਹੁਤ ਸਦੀਆਂ ਪੁਰਾਣਾ ਸਭ ਤੋਂ ਇਹ ਪੁਰਾਣਾ ਹੀ ਹੈ ਜੀ। ਜਿਹੜਾ ਹੁਸ਼ਿਆਰਪੁਰ ਹੈ ਉਹ ਇਸ ਪਿੰਡ ਤੋਂ ਬਾਅਦ 'ਚ ਵਸਿਆ ਜੀ ਇਹਦੇ ਵਿੱਚੋਂ ਨਿਕਲ ਕੇ ਉਹ ਹੁਸ਼ਿਆਰਪੁਰ ਪਿਆ ਹੈ। ਇਸ ਪਿੰਡ ਦੇ ਲੋਕ ਉੱਥੇ ਜਾ ਕੇ ਵਸੇ ਸੀ ਜਦੋਂ ਜੀ ਮਤਲਬ ਪਾਪੂਲੇਸ਼ਨ ਨਿਕਲ ਗਏ ਫਿਰ ਉੱਥੇ ਆਬਾਦੀ ਆਪਣੀ ਉੱਥੇ ਇੱਥੋਂ ਨਿਕਲ ਕੇ ਗਏ ਉੱਥੇ ਤਦੇ ਹੁਸ਼ਿਆਰਪੁਰ ਬਣਿਆ। ਤੁਹਾਨੂੰ ਜਾਣਕਾਰੀ ਹੋਏਗੀ ਕਿ ਜਿਹੜਾ ਪਿੰਡ ਬਜਵਾੜਾ ਹੈ ਇਹ ਕਿਹਨਾਂ ਦੇ ਨਾਮ ਦੇ ਨਾਮ ਜੁੜਦਾ ਹੈਗਾ? ਇਹ ਹੈਗਾ ਜੀ ਆਪਣੇ ਬਾਜੂ ਬਾਂਵਰਾ ਸੀ ਟੋਡਰਮੱਲ ਜੀ ਸੰਸਾਰ ਚੰਦ ਜੀ ਇਹ ਉਹਨਾਂ ਦੀ ਦੇਣ ਆ ਭੂਪ ਸਿੰਘ ਨੇ ਆ ਕੇ ਜੇ ਕੋਲ ਜੀ ਪਤਾ ਲੱਗਾ ਕਿ ਇਸ ਪਿੰਡ ਦੇ ਵਿੱਚ ਕਦੇ ਮਾਰਕੀਟ ਹੁੰਦੀ ਸੀ ਕਦੇ ਵੱਡਾ ਬਾਜ਼ਾਰ ਹੁੰਦਾ ਸੀ ਮੰਡੀ ਹੁੰਦੀ ਸੀ ਉਹ ਬਾਜ਼ਾਰ ਦੇ ਵਿੱਚ ਹੁੰਦੀ ਸੀ ਮੰਡੀ ਇੱਥੇ ਜਿੱਦਾਂ ਮਤਲਬ ਬਾਕੀ ਮੰਡੀਆਂ ਵਿੱਚ ਸਬਜ਼ੀ ਵਿਕਦੀ ਆ ਅਤੇ ਗੁੜ ਵਿਕਦਾ ਇੱਦਾਂ ਮੰਡੀ ਵਿੱਚ ਲੱਗੀ ਹੁੰਦੀ ਸੀ। ਕਿਸੇ ਵੇਲੇ ਇਹ ਸ਼ਹਿਰ ਹੋਇਆ ਕਰਦਾ ਸੀ ਜਿਹਨੂੰ ਅੱਜ ਪਿੰਡ ਵਿੱਚ ਤਬਦੀਲ ਕਰ ਦਿੱਤਾ ਗਿਆ ਉਹ ਜੋ ਲੋਕ ਜਿਹੜੇ ਵੱਡੇ ਵੱਡੇ ਸਾਰੇ ਬਾਹਰ ਬਾਹਰ ਚੱਲ ਗਏ ਜੀ ਹੁਣ ਉੱਥੇ ਤਾਂ ਥੋੜ੍ਹੇ ਉਹ ਗਰੀਬ ਜਨਤਾ ਰਹਿੰਦੀ ਆ। ਜਿਵੇਂ ਅਸੀਂ ਦੇਖਦੇ ਕਿ ਪਿੰਡ ਦੇ ਵਿੱਚ ਛੋਟੀਆਂ ਇੱਟਾਂ ਦੇ ਨਾਲ ਅਜੇ ਵੀ ਬਹੁਤ ਸਾਰੇ ਘਰ ਬਣੇ ਹੋਏ ਨੇ ਜਿਹੜੇ ਕੁਛ ਖੰਡਰ ਹੋ ਗਏ ਨੇ ਕੁਛ ਦੀ ਰਿਪੇਅਰ ਕਰ ਦਿੱਤੀ ਗਈ ਹੈ ਇੱਥੇ ਬਾਜ਼ਾਰ ਦਾ ਵੀ ਕੁਛ ਦਿੱਖ ਦੇਖਣ ਨੂੰ ਮਿਲਦੀ ਹੈ? ਬਾਜ਼ਾਰ ਉਹ ਸਿੱਧਾ ਇਸ ਲਾਈਨ ਜਾਂਦੀ ਜੇ ਇੱਥੋਂ ਗੱਬਾ ਕਾਫੀ ਲੰਬੀ ਬਾਜ਼ਾਰ ਜਾਂਦਾ ਉਹ ਬਾਜ਼ਾਰ ਦਾ ਗੱਬਾ ਉਹੀ ਹੈ ਜਿੱਦਾਂ ਕਿ ਲੰਬੀ ਗਲੀ ਹੈ ਜੀ ਉਹ ਠੀਕ ਹੈ ਉਹਨੂੰ ਲੰਬੀ ਗਲੀ ਸਾਡੀ ਆ। ਬਾਜ਼ਾਰ ਦੀਆਂ ਦੁਕਾਨਾਂ ਹਾਲੇ ਵੀ ਨੇ ਜਿੱਥੇ ਕੁਛ ਬਾਜ਼ਾਰ ਦੇ ਵਿੱਚ ਕੁਛ ਵਿਕਦਾ ਹੋਵੇਗਾ ਤੇ ਉਹ ਹੈਗੀਆਂ ਨਿੱਕੀਆਂ ਇੱਟਾਂ ਜੀ ਅਸੀਂ ਦਰਵਾਜ਼ੇ ਦਰਵਾਜ਼ੇ ਹੈ ਨਹੀਂ ਜੀ ਵਿੱਚ ਵਿੱਚ ਹੈਗੀਆਂ ਵੀ ਲੋਕਾਂ ਨਾਲ ਢਾਹ ਵੀ ਲਿੱਤੀਆਂ ਆ। ਠੀਕ ਹੈ ਤੇ ਕੁਛ ਅਜੇ ਵੀ ਦੁਕਾਨਾਂ ਖਾਲੀ ਨੇ? ਹੈਗੀਆਂ ਹੈਗੀਆਂ ਜੀ ਠੀਕ ਹੈ ਜੀ ਗੁਰਦੁਆਰੇ ਦੇ ਕੋਲ ਦੁਕਾਨ ਖਾਲੀ ਹੈ। ਇਸ ਪਿੰਡ ਦਾ ਹੋਰ ਇਤਿਹਾਸ ਕੀ ਹੈ? ਦੇਖੋ ਜੀ ਇੱਥੇ ਦੇ ਜਿਹੜੇ ਹੈ ਨਾ ਲੋਕ ਪੜ੍ਹੇ ਲਿਖੇ ਬੰਦੇ ਆ ਸਾਰੇ ਜੀ ਅਤੇ ਸੂਝਵਾਨ ਬੰਦੇ ਆ ਜੀ ਅਤੇ ਇਸ ਵੇਲੇ ਉਹਨਾਂ ਦੇ ਨਾਲ ਹੀ ਬੁਜਾੜੀ ਹੈਗੀ ਇੱਥੇ ਦੇ ਖੇਡਣ ਜਿਹੜੇ ਮੁਹੰਮਦ ਸਦੀਕ ਕਬੱਡੀ ਦਾ ਵੱਡਾ ਪਲੇਅਰ ਬਣੇ ਰਿਹਾ ਮੁਹੰਮਦ ਸਦੀਕ ਜੀ ਇਸ ਵਾਸਤੇ ਇੱਥੇ ਬਹੁਤ ਮਸ਼ਹੂਰ ਮਸ਼ਹੂਰ ਬੰਦੇ ਜਿਹੜੇ ਨੇ ਪੜ੍ਹੇ ਲਿਖੇ ਸਾਰੇ ਇੱਥੇ ਦੇ ਡੀਸੀ ISPS ਦਾ ਸਭ ਮਸ਼ਹੂਰ ਹੁੰਦੇ ਆ। ਠੀਕ ਹੈ ਜੀ ਇੱਥੇ ਬਹੁਤ ਵੱਡਾ ਇੱਕ ਹੋਸਪਿਟਲ ਹੈ ਹਾਂ ਜੀ ਉਹ ਕਿਹਨਾਂ ਦੇ ਨਾਮ 'ਤੇ ਹੈ? ਉਹ ਲਾਲਾ ਚੁੰਨੀ ਲਾਲ ਦੇ ਨਾਲ ਆ ਗਏ। ਅੱਛਾ ਜੀ ਉਹ ਉੱਥੇ ਲੋਕ ਆਉਂਦੇ ਆ ਉਸ ਤੋਂ ਬੜਾ ਫਾਇਦਾ ਲੋਕ ਜਿਹੜੇ ਗਰੀਬ ਗੁਰਬਾ ਉਹਨਾਂ ਨੂੰ ਫਾਇਦਾ ਉਹਨਾਂ ਕੋਲ ਪੈਸੇ ਨਹੀਂ ਲੈਂਦੇ ਠੀਕ ਹੈ ਜੀ ਫ੍ਰੀ ਕਰਦੇ ਇਲਾਜ ਠੀਕ ਹੈ ਜੀ ਹਾਂ ਜਿਵੇਂ ਪਿਛਲੇ ਸਮੇਂ ਕੇਂਦਰ ਦੇ ਵਿੱਚ ਅੰਬਿਕਾ ਸੋਨੀ ਮੈਡਮ ਜੀ ਹੈਲਥ ਮਿਨਿਸਟਰ ਸਨ ਹਾਂਜੀ ਹਾਂਜੀ ਉਹਨਾਂ ਦਾ ਵੀ ਪਤਾ ਲੱਗਾ ਕਿ ਇੱਥੇ ਹੀ ਘਰ ਸੀਗਾ? ਹਾਂਜੀ ਹਾਂਜੀ ਗੱਬੇ ਆ ਜੀ ਉਹਨਾਂ ਦਾ ਘਰ ਹਾਂਜੀ
ਤੇ ਉਹਨਾਂ ਨੇ ਮਤਲਬ ਇਹਨੂੰ ਗ੍ਰਾਂਟ ਦਿੱਤੀ ਆ ਜਿਹੜਾ ਰਿਪੇਅਰ ਹੋ ਰਹੀ ਨਾ ਇਹ ਉਹਨੇ ਸੈਂਕਸ਼ਨ ਕੀਤੀ ਸੀ। ਇੱਥੇ ਕੰਗ ਸਾਹਿਬ ਵੀ ਆਏ, ਹੋਰ ਚੇਅਰਮੈਨ ਪਰਸਨ ਹੈਗੀ ਆਪਣੇ ਦਿੱਲੀ ਵਿੱਚ ਲੇਡੀ, ਉਹ ਆਈ, ਲੇਕਿਨ ਇਹ ਹਜੇ ਦੂਰਾ ਹੀ ਰਹਿ ਗਿਆ, ਹਜੇ ਉੱਦਾਂ ਬਣਾਉਂਦੇ ਹੈਗੇ ਆ ਲੇਕਿਨ ਥੋੜ੍ਹਾ ਥੋੜ੍ਹਾ ਬਣਿਆ ਹੈ। ਠੀਕ ਹੈ ਜੀ। ਇੱਥੇ ਦੇ ਕੌਣ ਉਹ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਨੇ ਡੀ ਏ ਵੀ ਸਕੂਲ ਨੂੰ ਆਪਣਾ ਘਰ ਬਾਰ ਸਾਰਾ ਦਾਨ ਕਰ ਦਿੱਤਾ ਸੀਗਾ? ਮਹਾਤਮਾ ਹੰਸਰਾਜ। ਮਹਾਤਮਾ ਹੰਸਰਾਜ ਜੀ, ਹਾਂਜੀ ਹਾਂਜੀ। ਉਹਨਾਂ ਦੀ ਕੀ ਦੇਣ ਹੈ ਪਿੰਡ ਨੂੰ? ਉਹ ਸਭ ਕੁਝ ਦੇਣ ਉਹਨਾਂ ਦੀ ਹੈ ਜੀ, ਹੁਣ ਉਹਨਾਂ ਦੇ ਸਿਰ ਤੇ ਸਾਰਾ ਬਸਿਆ ਹੈ। ਅੱਛਾ ਜੀ, ਮਤਲਬ ਕੀ ਦੇਣ ਹੈ? ਉਹ ਪਤਾ ਲੱਗਾ ਕਿ ਉਹ ਐਜੂਕੇਸ਼ਨ ਨਾਲ ਬਹੁਤ ਪਿਆਰ। ਐਜੂਕੇਸ਼ਨ ਸਾਡੇ ਇੱਥੇ ਸਕੂਲ ਆ ਜੀ ਇੱਕ, ਹੁਣ ਤਾਂ ਮਤਲਬ ਅੱਗੇ ਐਂਗਲੋ ਬਨੈਕਰ ਉਰਦੂ ਵੀ ਸਾਡੇ ਸੀ, ਹੁਣ ਐਸ ਬੀ ਆਈ ਸੀ ਸਕੂਲ ਬਣ ਗਿਆ ਉਹ, ਅਤੇ ਮਿਡਲ ਸਕੂਲ ਹੈਗੇ ਆ, ਪ੍ਰਾਇਮਰੀ ਸਕੂਲ ਆ ਇੱਥੇ, ਯਾਨੀ ਕਿ ਉਹ ਮੰਦਰ ਇੱਥੇ ਮਸ਼ਹੂਰ ਹੀ ਬਣੇ ਕਿ ਹਰ ਜਾਤੀ ਦਾ ਜੀ ਮੰਦਰ ਆ ਇੱਥੇ ਗੁਰਦੁਆਰਾ ਜੀ। ਕਿਸੇ ਪਿੰਡ ਦੇ ਵਿੱਚ ਤੁਸੀਂ ਚਲ ਜਾਓ ਨਹੀਂ ਮਿਲੇਗਾ, ਇੱਥੇ ਹਰ ਜਾਤੀ ਦਾ ਮੰਦਰ ਮਿਲੂਗਾ। ਠੀਕ ਹੈ ਜੀ। ਇਸ ਪਿੰਡ ਦੇ ਵਿੱਚ ਕੁਛ ਖਿਡਾਰੀ ਵੀ ਹੋਏ ਨੇ? ਖਿਡਾਰੀ, ਹਾਂਜੀ ਖਿਡਾਰੀ ਹੋਏ ਜੀ। ਕੌਣ ਕੌਣ ਜੀ? ਮੁਹੰਮਦ ਸਦੀਕ ਜੀ ਚੰਗਾ ਰਿਹਾ। ਇਹ ਮੁਹੰਮਦ ਸਦੀਕ ਜਿਹੜੇ ਗਾਉਂਦੇ ਨੇ? ਨਹੀਂ ਜੀ ਨਹੀਂ, ਉਹ ਪੰਨਾ ਓਲੰਪਿਕ ਦਾ ਪਲੇਅਰ ਆ, ਅੱਗੇ ਅਕਬਾਲ ਸਿੰਘ ਵਾ, ਉਹ ਵਿਜੀ ਹੋਣੀ ਆ, ਮਤਲਬ ਵਿਜੀ ਹੋਣੀ ਆ ਜਗ੍ਹਾ ਕੱਲ੍ਹ ਪੀ ਏ ਵਿੱਚ ਲੋਕਲ ਆ, ਮੁੰਡੇ ਇੱਥੇ ਚੰਗੇ ਸੋਹਣੇ। ਠੀਕ ਹੈ ਜੀ। ਇਹ ਪਿੰਡ ਇਤਿਹਾਸ ਨੂੰ ਜਿੱਥੇ ਦੁਹਰਾਉਂਦਾ ਹੈ ਇਹ ਕਿਲ੍ਹਾ, ਇਸ ਕਿਲ੍ਹੇ ਤੋਂ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹ ਬਹੁਤ ਲੰਬੇ ਸਮੇਂ ਤੋਂ ਇਹ ਪਿੰਡ ਵਸਿਆ ਹੋਇਆ। ਇਸ ਪਿੰਡ ਦੀ ਖਾਸ ਪਹਿਚਾਣ ਇਹ ਅਸੀਂ ਦੇਖ ਰਹੇ ਹਾਂ, ਪਿੱਛੇ ਇਹ ਕਿਲ੍ਹਾ ਹੈ। ਇਸ ਕਿਲ੍ਹੇ ਦੇ ਵਿੱਚ ਇਹ ਜਿਹੜੇ ਨਿਸ਼ਾਨ ਨੇ, ਕਿਸੇ ਵੇਲੇ ਇੱਥੇ ਰਾਜਿਆਂ ਮਹਾਰਾਜਿਆਂ ਦੇ ਜਿਹੜੇ ਗਨਮੈਨ ਹੋਣਗੇ ਉਹ ਇੱਥੋਂ ਬੰਦੂਕਾਂ ਤਾਣ ਕੇ ਬੈਠੇ ਹੋਣਗੇ ਤਾਂ ਕਿ ਰਾਜੇ ਨੂੰ ਕਿਸੇ ਕਿਸਮ ਦੀ ਕੋਈ ਚਿੰਤਾ ਨਾ ਹੋਵੇ ਅਤੇ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਨਾ ਹੋਵੇ। ਪਰ ਅੱਜ ਇਹ ਕਿਲ੍ਹਾ ਜੋ ਹੈ ਉਹ ਇੱਕ ਖੰਡਰ ਬਣ ਕੇ ਰਹਿ ਚੁੱਕਾ ਹੈ। ਇਸ ਕਿਲ੍ਹੇ ਦੇ ਵਿੱਚ ਕਬੂਤਰ, ਚਿੜੀਆਂ, ਘੁੱਗੀਆਂ, ਕਾਂ, ਹੋਰ ਜਾਨਵਰ ਰਹਿ ਨੇ, ਪਰ ਇਹ ਇਤਿਹਾਸ ਅਤੇ ਸਾਨੂੰ ਪ੍ਰੇਰਿਤ ਵੀ ਕਰਦਾ ਹੈ ਕਿ ਕਦੇ ਇੱਥੇ ਬਹੁਤ ਵੱਡੇ ਰਾਜੇ ਮਹਾਰਾਜਿਆਂ ਦਾ ਵਾਸ ਹੁੰਦਾ ਸੀ ਅਤੇ ਅੱਜ ਇੱਥੇ ਜਾਨਵਰਾਂ ਅਤੇ ਕਬੂਤਰਾਂ ਦਾ ਵਾਸ ਹੈ। ਪਰ ਇੱਥੋਂ ਸਾਨੂੰ ਸਿੱਖਣ ਦੀ ਵੀ ਲੋੜ ਹੈ ਕਿ ਆਓ ਬਹੁਤੀ ਮਾਇਆ ਦੇ ਪਿੱਛੇ ਨਾ ਭੱਜ ਕੇ ਚੰਗੇ ਕੰਮ ਕਰੀਏ, ਤਦ ਕਿ ਅਸੀਂ ਇਸ ਜਹਾਨ ਨੂੰ ਇੱਕ ਨਾ ਇੱਕ ਛੱਡ ਜਾਣਾ ਹੈ। ਛੱਡ ਜਾਣ ਤੋਂ ਬਾਅਦ ਲੋਕ ਚੰਗਾ ਜ਼ਰੂਰ ਕਹਿਣ, ਪਰ ਇਹ ਨਾ ਹੋਵੇ ਕਿ ਕਿਤੇ ਇਹ ਕਿਲ੍ਹਿਆਂ ਦੇ ਵਿੱਚ ਰਹਿ ਰਹੇ ਰਾਜਿਆਂ ਦੇ ਵਾਂਗਰ ਕੋਈ ਯਾਦ ਵੀ ਨਾ ਕਰੇ। ਇਹ ਕਿਲ੍ਹਾ ਅੱਜ ਸਾਨੂੰ ਪ੍ਰੇਰਨਾ ਸਰੋਤ ਹੈ, ਸਾਨੂੰ ਬਾਰ ਬਾਰ ਦੁਹਰਾਉਣ ਦੀ ਕੋਸ਼ਿਸ਼ ਕਰ ਰਿਹਾ। ਅਸੀਂ ਪਿੰਡ ਵਾਸੀਆਂ ਤੋਂ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਪਿੰਡ ਨੂੰ, ਪਿੰਡ ਵਾਸੀ ਨੂੰ ਇੱਥੇ ਕੌਣ ਰਹਿੰਦੇ ਸਨ, ਕੌਣ ਕੌਣ ਰਾਜੇ ਹੋਏ ਨੇ, ਉਹਨਾਂ ਤੋਂ ਪਹਿਲਾਂ ਕੌਣ ਹੋਏ, ਬਾਹਲਾ ਪਤਾ ਨਹੀਂ ਹੈ। ਬਸ ਇਸੇ ਕਰਕੇ ਜੇ ਕਿਤੇ ਉਹਨਾਂ ਨੇ ਕੋਈ ਇੱਥੋਂ ਇਤਿਹਾਸ ਸਿਰਜਿਆ ਹੁੰਦਾ, ਇਸ ਪਿੰਡ ਇਸ ਇਲਾਕੇ ਦੇ ਲਈ ਬਹੁਤ ਚੰਗੇ ਕੰਮ ਕੀਤੇ ਹੁੰਦੇ, ਜਿਹੜੇ ਅੱਜ ਵੀ ਮੀਲ ਪੱਥਰ ਹੁੰਦੇ ਅਤੇ ਸ਼ਾਇਦ ਉਹਨਾਂ ਰਾਜਿਆਂ ਮਹਾਰਾਜਿਆਂ ਦਾ ਵੀ ਨਾਮ ਹੁੰਦਾ। ਸੱਚੀ ਸਰਕਾਰ ਮਾਈ ਦਾ ਦਰਬਾਰ, ਜਿੱਥੇ ਹਰ ਸਾਲ ਸਾਲਾਨਾ ਜੋੜ ਮੇਲਾ 22 ਫਰਵਰੀ 7 ਫੱਗਣ ਨੂੰ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਜਾਂਦਾ ਹੈ। ਦਰਬਾਰ ਵਿਖੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਹਨ। ਇਸ ਵੇਲੇ ਅਸੀਂ ਪਹੁੰਚੇ ਹਾਂ ਸੱਚੀ ਸਰਕਾਰ ਮਾਈ ਦਾ ਦਰਬਾਰ।
ਪਿੰਡ ਵਜਵਾੜਾ ਵਿਖੇ। ਆਓ ਪੁੱਛਦੇ ਹਾਂ ਪਿੰਡ ਵਾਸੀਆਂ ਤੋਂ ਕਿ ਇੱਥੇ ਹਰ ਸਾਲ ਮੇਲਾ ਅਤੇ ਪਿੰਡ ਵੱਲੋਂ ਕਿੰਨੀ ਕੁ ਮਾਨਤਾ ਹੈ। ਹਾਂਜੀ ਬਾਬਾ ਜੀ, ਇਸ ਦਰਬਾਰ ਦੇ ਵਿੱਚ ਹਰ ਸਾਲ ਮੇਲਾ ਲੱਗਦਾ ਜੀ? ਹਰ ਸਾਲ ਮੇਲਾ ਲੱਗਦਾ ਜੀ ਜੀ ਹਾਂਜੀ, ਕਿਉਂਕਿ ਫੌਰਨ ਤੋਂ ਬੰਟੀ ਆਉਂਦਾ, ਹਾਂਜੀ ਸਾਰਾ ਕਾਰੋਬਾਰ ਇੱਥੇ ਦਾ ਉਹਨੇ ਸੰਭਾਲਿਆ, ਔਰ ਉਹ ਸਾਲ ਦੇ ਸਾਲ ਆ ਕੇ ਹਾਂਜੀ ਇਸ ਜਗ੍ਹਾ ਦੇ ਉੱਪਰ ਮੇਲਾ ਕਰਾਉਂਦਾ, ਲੰਗਰ ਵਗੈਰਾ ਲਗਾਉਂਦਾ, ਕਵਾਲੀਆਂ ਚੱਲਦੀਆਂ, ਬੜੀ ਮਾਨਤਾ ਹੁੰਦੀ ਹੈ ਜੀ, ਪੂਜਾ ਬਹੁਤ ਹੁੰਦੀ ਹੈ ਇੱਥੇ ਦੀ ਹਾਂਜੀ। ਤਾਂ ਉਹ ਇਹ ਨਹੀਂ, ਇੱਥੇ ਦਾ ਇਹ ਕਰਮ ਨਹੀਂ ਹੈ, ਬਾਕੀ ਅਗਰ ਕੋਈ ਗਰੀਬ ਗੁਰਬਾ ਵੀ ਹੈ ਉਹਦੇ ਵਾਸਤੇ ਵੀ ਉਹਦਾ ਹੱਥ ਇੱਧਰ ਦੇ ਪਾਸੇ ਨੂੰ ਵੱਧਦਾ ਉਹਨਾਂ ਦੀ ਮਦਦ ਵਾਸਤੇ, ਹੈਂਜੀ। ਤਾਂ ਕਿਉਂਕਿ ਪਹਿਲੇ ਇੱਕ ਲੜਕੀ ਅੰਗਹੀਨ ਸੀ, ਉਹਨੂੰ ਟ੍ਰਾਈਐਂਗਲ ਸਾਈਕਲ, ਕੋਈ ਫੁੱਟਬਾਲ ਦਾ ਕੋਈ ਚੰਗਾ ਪੜ੍ਹਿਆ ਲਿਖਿਆ ਬੱਚਾ ਹੋਵੇ, ਹਾਂਜੀ ਉਹਦੇ ਵਾਸਤੇ ਉਹਨੂੰ ਕਿਤਾਬਾਂ ਜਾਂ ਕਿੱਟ ਪੂਰੀ ਦਿੰਦੇ ਜੀ, ਹਾਂਜੀ। ਤਾਂ ਬਾਕੀ ਇਸ ਵਾਰ ਉਹ ਆਏ ਸੀ, ਉਹਨਾਂ ਨੇ ਬਹੁਤ ਹੀ ਨੇਕ ਕਰਮ ਹੋਰ ਵੀ ਕੀਤਾ ਕਿ ਪਹਿਲੇ ਦਰਬਾਰ ਦੇ ਉੱਪਰ ਮੇਲਾ ਕਰਵਾਇਆ, ਲੰਗਰ ਵਗੈਰਾ ਸਭ ਕੁਝ ਚੱਲਿਆ, ਕਵਾਲੀਆਂ ਹੋਈਆਂ, ਸਾਧੂ ਸੰਤ ਮਹਾਂਪੁਰਸ਼ ਕਾਫੀ ਆਏ, ਸੰਗਤ ਵੀ ਕਾਫੀ ਜੁੜੀ ਹੋਈ ਸੀ। ਉਸ ਤੋਂ ਉਪਰੰਤ ਜਿੰਨੇ ਵੀ ਸਾਡੇ ਗਰੀਬ ਲੋਕ ਨੇ ਇਸ ਮਜਵਾੜੇ ਦੇ, ਉਹਨਾਂ ਦੇ ਘਰ ਜਿਹਨਾਂ ਦੀ ਲੈਟਰਨ ਨਹੀਂ ਸੀ ਬਣੀ ਜੀ, ਉਹਨਾਂ ਦੇ ਉਹ ਘਰ ਲੈਟਰਨ ਬਣਵਾ ਕੇ ਉਹਨਾਂ ਨੂੰ ਇਹ ਰਾਹਤ ਦੇ ਕੇ ਗਏ ਨੇ। ਉਹਨਾਂ ਦਾ ਬਹੁਤ ਪਰਉਪਕਾਰ ਇਸ ਗੁਰੂ ਘਰ ਦੇ ਨਾਲ, ਇਸ ਸੱਚੀ ਸਰਕਾਰ ਦੇ ਨਾਲ ਜੁੜਿਆ ਹੋਇਆ ਹੈ। ਦਰਬਾਰ ਹਜ਼ਰਤ ਸਾਈਂ ਆਦਮ ਸ਼ਾਹ ਦੁੱਲੋ ਜੀ, ਜਿੱਥੇ ਗੱਦੀ ਨਸ਼ੀਨ ਸਾਈਂ ਪਿਆਰੇ ਸ਼ਾਹ ਜੀ ਵੈਲਫੇਅਰ ਸੁਸਾਇਟੀ ਵੱਲੋਂ ਹਰ ਸਾਲ ਸਾਲਾਨਾ ਜੋੜ ਮੇਲਾ ਕਰਵਾਇਆ ਜਾਂਦਾ ਹੈ। ਇਸ ਦਰਬਾਰ ਵਿੱਚ ਖਿਰਨੀ ਅਤੇ ਅਨਾਰ ਦੇ ਪੂਜਣਯੋਗ ਬੂਟੇ ਹਨ। ਮਸੀਤ ਜਿੱਥੇ ਅੱਲਾ ਪਾਕ ਦੀ 5 ਵਕਤ ਨਮਾਜ਼ ਅਦਾ ਫਰਮਾਈ ਜਾਂਦੀ ਹੈ। ਸ਼੍ਰੀ ਹਨੂੰਮਾਨ ਮੰਦਰ ਜਿੱਥੇ ਸੁਖਨੰਦਨ ਤਿਵਾੜੀ ਜੀ ਸੇਵਾ ਕਰ ਰਹੇ ਹਨ। ਚਿੰਤਪੁਰਨੀ ਮਾਤਾ ਦਾ ਮੰਦਰ ਜਿੱਥੇ ਭਗਤ ਪਾਲਾ ਰਾਮ ਜੀ ਸੇਵਾ ਕਰ ਰਹੇ ਹਨ। ਸ਼ਿਵ ਮੰਦਰ ਬੱਚਿਆਂ ਨੂੰ ਉਚੇਰੀ ਅਤੇ ਮਿਆਰੀ ਵਿੱਦਿਆ ਪ੍ਰਦਾਨ ਕਰਦੇ ਹਨ। ਸਰਕਾਰੀ ਮਿਡਲ ਸਕੂਲ, ਸਰਕਾਰੀ ਐਲੀਮੈਂਟਰੀ ਸਕੂਲ ਜਿੱਥੋਂ ਨੰਨੇ ਮੁੰਨੇ ਬੱਚਿਆਂ ਦਾ ਜੀਵਨ ਆਰੰਭ ਹੁੰਦਾ ਹੈ। ਇਹ ਬਚਪਨ ਦੇ ਉਹ ਦਿਨ ਜਦੋਂ ਇੱਕ ਸੁਰ ਵਿੱਚ ਉੱਚੀ ਆਵਾਜ਼ ਵਿੱਚ ਬੋਲਦੇ ਹਨ, ਊੜਾ ਊਠ, ਐੜਾ ਅੰਬ, ਇੱਕ ਦੂਣੀ ਦੂਣੀ, ਦੋ ਦੂਣੀ ਚਾਰ, ਇਹ ਹਰ ਇੱਕ ਨੂੰ ਪਲ ਸਦਾ ਯਾਦ ਰਹਿੰਦੇ ਹਨ। 1899 ਤੋਂ ਸੇਵਾ ਨਿਭਾ ਰਿਹਾ ਹੈ SBAC ਸੀਨੀਅਰ ਸੈਕੰਡਰੀ ਸਕੂਲ ਬਜਵਾੜਾ ਕਲਾਂ, ਜਿੱਥੇ ਇਲਾਕੇ ਭਰ ਦੇ ਬੱਚੇ ਜੀਵਨ ਸਫਲ ਹੋਣ ਦੀ ਜਾਂਚ ਹਾਸਲ ਕਰ ਰਹੇ ਹਨ। ਇਸ ਵੇਲੇ ਬੈਠੇ ਹਾਂ ਅਸੀਂ ਪਿੰਡ ਬਜਵਾੜਾ ਦੇ ਨੌਜਵਾਨ ਹਨੀ ਸ਼ਰਮਾ ਦੇ ਕੋਲ। ਆਓ ਪੁੱਛਦੇ ਹਾਂ ਕਿ ਉਹ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨੇ, ਜਿਵੇਂ ਅੱਜ ਸਾਡਾ ਨੌਜਵਾਨ ਵਰਗ ਜਿਹੜਾ ਆ ਉਹ ਨਸ਼ਿਆਂ ਵਿੱਚ ਗਲਤਾਨ ਹੁੰਦਾ ਜਾ ਰਿਹਾ, ਮਾੜੀਆਂ ਸੰਗਤਾਂ ਦੇ ਵਿੱਚ ਜਾਂਦਾ, ਕੀ ਕਹਿਣਾ ਚਾਹੁੰਦੇ ਨੇ ਉਹ ਨੌਜਵਾਨ ਵਰਗ ਨੂੰ? ਹਾਂਜੀ ਹਨੀ ਜੀ, ਕੀ ਕਹਿਣਾ ਚਾਹੁੰਦੇ ਤੁਸੀਂ? ਸਤਿ ਸ਼੍ਰੀ ਅਕਾਲ ਜੀ, ਮੈਂ ਆਪਣੇ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਨਸ਼ਿਆਂ ਨੂੰ ਛੱਡ ਕੇ ਤੁਹਾਨੂੰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ, ਪੜ੍ਹਾਈ ਵੱਲ ਦੇਣਾ ਚਾਹੀਦਾ। ਜੋ ਮੈਂ ਦੇਖ ਰਿਹਾ ਆਪਣੇ ਪਿੰਡਾਂ ਦੇ ਕੰਢੀ ਇਲਾਕੇ ਦੇ ਪਿੰਡਾਂ ਦਾ ਹਾਲ ਬਹੁਤ ਬੁਰਾ ਹਾਲ ਆ, ਅਤੇ ਸਾਨੂੰ ਜਦੋਂ ਮੈਂ ਦੇਖਦਾ ਮਾਵਾਂ ਦੇ ਜਵਾਨ ਪੁੱਤ ਮਰਦੇ, ਜਦੋਂ ਥੋੜ੍ਹੀ ਦੇਰ ਦੀ ਗੱਲ ਆ ਕਿ 6 ਮਹੀਨੇ ਦੀ ਗੱਲ ਆ, ਮੇਰਾ ਇੱਕ ਫਰੈਂਡ ਆ ਸਾਡੇ ਇੱਥੇ ਉਹਦੇ ਸੀ ਬਜਵਾੜੇ ਦੇ ਹੀ, ਉਹਨਾਂ ਦੇ ਨਸ਼ੇ ਕਾਰਨ ਹੀ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੀ ਹਲੇ ਵਿਆਹ ਨੂੰ ਵੀ 6 ਮਹੀਨੇ ਹੀ ਹੋਏ ਸੀ, ਅਤੇ ਅੱਜ ਜਦੋਂ ਉਹਨਾਂ ਦੇ ਮਾਂ ਪਿਓ ਨੂੰ ਮੈਂ ਦੇਖਦਾ, ਅਸੀਂ ਇਕੱਠੇ ਪੜ੍ਹੇ ਸੀ, ਉਹਨਾਂ ਦਾ ਬੇਟਾ ਮੇਰੇ ਨਾਲ ਹੀ ਪੜ੍ਹਿਆ ਸੀ, ਅਤੇ ਮੈਨੂੰ ਬੜਾ ਦੁੱਖ ਹੁੰਦਾ ਕਿ ਦਿਨ ਉਹ ਪੈਦਲ ਜਾ ਰਹੇ ਸੀ ਸਾਡੇ ਘਰ ਮੂਹਰਿਓਂ, ਅਤੇ ਮੇਰੇ ਦੇਖ ਕੇ ਮੇਰਾ ਮਨ ਇੱਦਾਂ ਹੋਇਆ ਕਿ ਸਾਡੀ ਗੌਰਮੈਂਟ ਨੂੰ ਵੀ ਕੁਛ ਸੋਚਣਾ ਚਾਹੀਦਾ ਇਸ ਬਾਰੇ। ਇਸ ਵੇਲੇ ਪਹੁੰਚੇ ਹਾਂ ਅਸੀਂ ਉੱਘੇ ਸਮਾਜ ਸੇਵਕ ਸ਼੍ਰੀ ਅਸ਼ੋਕ ਕੁਮਾਰ ਜੀ ਦੇ ਕੋਲ। ਆਓ ਪੁੱਛਦੇ ਹਾਂ ਉਹਨਾਂ ਨੂੰ ਕੋਲੋਂ ਕਿ ਪਿੰਡ ਦਾ ਵਿਕਾਸ ਕਿਵੇਂ ਚੱਲ ਰਿਹਾ। ਨੌਜਵਾਨ ਗ੍ਰਾਮ ਸਭਾ ਦਾ ਮੈਂ ਪ੍ਰਧਾਨ ਹਾਂ ਜੀ ਜੀ, ਸਾਡੇ ਮੈਂਬਰ ਕੁਛ ਵਕੀਲ ਆ, ਕੁਛ ਮੁਲਾਜ਼ਮ ਆ, ਹੋਰ ਵੀ ਹੈਗੇ ਆ, ਕੁਛ ਰਿਟਾਇਰ ਮੁਲਾਜ਼ਮ ਆ, ਅਤੇ ਮੈਂ ਤੁਹਾਨੂੰ ਪੜ੍ਹੇ ਹੀ ਹਾਂ, 5-7 ਪੜ੍ਹੇ ਹਾਂ, ਲੇਕਿਨ ਅਸੀਂ ਗਰੀਬ ਲੜਕੀਆਂ ਦੇ ਕੁਛ ਵਿਆਹ ਵੀ ਕਰਦੇ ਹਾਂ ਆਪਣੇ ਫੰਡ 'ਚੋਂ, ਕੁਛ ਗਰੀਬ ਕੋਈ ਬਿਮਾਰ ਹੋ ਜਾਂਦਾ ਜਾਂ ਕੁਛ, ਉਹਦੀ ਮਦਦ ਵੀ ਅਸੀਂ ਕਰਦੇ ਹਾਂ ਅਤੇ ਕਰਦੇ ਵੀ ਰਹਾਂਗੇ, ਅਤੇ ਗਰੀਬ ਦੀ ਅਸੀਂ ਮਦਦ ਕਰਦੇ ਹਾਂ। ਜੇ ਪਿੰਡ 'ਚ ਕੋਈ ਲੜਾਈ ਝਗੜਾ ਉਹਦੇ ਰਾਜੀਨਾਮੇ ਵੱਧ ਤੋਂ ਵੱਧ ਸਾਡੀ ਨੌਜਵਾਨ ਗ੍ਰਾਮ ਸਭਾ ਕਰਾਉਂਦੀ ਆ, ਠੀਕ ਆ ਜੀ। ਕੋਈ ਕਿਸੇ ਕੰਮ ਦਾ ਵੀ ਰੋਲ ਆ, ਅਸੀਂ ਵੱਧ ਚੜ੍ਹ ਕੇ ਪੰਚਾਇਤ ਦੇ ਨਾਲ ਸਾਥ ਦੇ ਕੇ ਪੰਚਾਇਤ ਦੇ ਸੰਯੋਗ ਦੇ ਨਾਲ ਅਸੀਂ ਕੰਮ ਕਰਾਉਂਦੇ ਹਾਂ। ਪਿੰਡ ਨੂੰ ਬਿਹਤਰ ਬਣਾਉਣ ਦੇ ਲਈ, ਪਿੰਡ ਦਾ ਵਿਕਾਸ ਕਰਨ ਦੇ ਲਈ ਪਿੰਡ ਵਾਸੀਆਂ ਨੂੰ ਅਤੇ ਤੁਸੀਂ NRI ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ? ਅਸੀਂ ਤਾਂ ਇਹੀ NRI ਵੀਰਾਂ ਨੂੰ ਤਾਂ ਇਹ ਕਹਿਣਾ ਚਾਹੁੰਦੇ ਵੀ ਸਾਡਾ ਸੰਯੋਗ ਦਿਓ, ਅਸੀਂ ਪਿੰਡ ਦਾ ਵਿਕਾਸ ਵੱਧ ਤੋਂ ਵੱਧ ਕਰਾਈਏ,
ਤੇ ਸਾਡਾ ਪਿੰਡ ਦੇ ਵਿੱਚ ਕੋਈ ਨਾਂ ਹੋਵੇ, ਸਾਡੇ ਬਜ਼ੁਰਗਾਂ ਦਾ ਨਾਂ ਹੋਵੇ, ਸਾਡੇ ਤਾਇਆਂ ਚਾਚਿਆਂ ਦਾ, ਸਾਡੀ ਪੰਚਾਇਤ ਦਾ ਨਾਂ ਹੋਵੇ। ਅਸੀਂ ਤਾਂ ਇਹੀ ਸੰਦੇਸ਼ ਦੇਣਾ ਚਾਹੁੰਦੇ ਉਹਨਾਂ ਨੂੰ ਕਿ ਵੱਧ ਤੋਂ ਵੱਧ ਸਾਡਾ ਸਾਥ ਦਿਓ। ਪਿੰਡ ਵਾਲਿਆਂ ਨੂੰ ਵੀ ਇਹ ਜਿਹੜੇ ਤਗੜੇ ਬੰਦੇ ਅਮੀਰ ਆ ਉਹਨਾਂ ਨੂੰ ਕਹਿੰਦੇ ਵੀ ਸਾਡਾ ਸਹਿਯੋਗ ਕਰੋ ਅਤੇ ਅਸੀਂ ਕੁਛ ਪਿੰਡ ਦਾ ਸੁਧਾਰ ਕਰ ਸਕੀਏ। ਜਿਵੇਂ ਨੌਜਵਾਨ ਪੀੜ੍ਹੀ ਜਿਹੜੀ ਹੈ ਨਸ਼ਿਆਂ ਵੱਲ ਜਾ ਰਹੀ ਹੈ, ਮਾੜੀ ਸੰਗਤ ਵੱਲ ਜਾ ਰਹੀ, ਉਹਨਾਂ ਨੂੰ ਤੁਸੀਂ ਕੀ ਪ੍ਰੇਰਿਤ ਕਰਨਾ ਚਾਹੁੰਦੇ ਹੋ? ਅਸੀਂ ਤਾਂ ਨੌਜਵਾਨ ਪੀੜ੍ਹੀ ਜਿਹੜੀ ਉਹਨਾਂ ਨੂੰ ਪੂਰਾ ਗਾਈਡ ਕਰਦੇ ਹਾਂ, ਪਰ ਅੱਜ ਕੱਲ੍ਹ ਦੇ ਸ਼ੁਕਰੇ ਆ ਇੱਕ ਦੂਜੇ ਦੀ ਲਾਈਨ 'ਤੇ ਲੱਗੇ ਹੋਏ ਆ ਅਤੇ ਨਹੀਂ ਕਹਿਣਾ ਮੰਨਦੇ। ਕੁਛ ਨਿਆਣਿਆਂ ਨੂੰ ਅਸੀਂ ਸਮਝਾਇਆ, ਕੁਝ ਦਾਖਲ ਵੀ ਕਰਾਏ ਹੋਸਪਿਟਲਾਂ 'ਚ, ਕਈਆਂ ਨੇ ਨਸ਼ੇ ਛੱਡਤੇ ਆ, ਕਈ ਮੁੜ ਕੇ ਨਹੀਂ ਕਹਿਣਾ ਮੰਨਦੇ, ਉਹ ਲੱਗ ਜਾਂਦੇ, ਫਿਰ ਹੁਣ ਉਸ ਕੀ ਸੁਸਾਇਟੀ ਮਾੜੀ, ਉਹ 'ਚ ਕੀ ਕਰ ਸਕਦੇ ਹਾਂ ਜੀ ਅਸੀਂ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸੇ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਸੇਵਾ ਕਰਦੇ ਰਹੋ, ਨੌਜਵਾਨਾਂ ਨੂੰ ਸੇਧ ਦਿੰਦੇ ਰਹੋ, ਅਤੇ ਅਸੀਂ ਤੁਹਾਡੀ ਵੀ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ, ਆਸ ਕਰਦੇ ਹਾਂ ਕਿ ਤੁਸੀਂ ਲੰਬਾ ਸਮਾਂ। ਬਿਲਕੁਲ, ਅਸੀਂ ਇੱਦਾਂ ਹੀ, ਸਾਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ ਅਤੇ ਅਸੀਂ ਇੱਦਾਂ ਹੀ ਸੇਵਾ ਕਰਾਂਗੇ, ਕਰਦੇ ਰਹਾਂਗੇ। ਜੇ ਸਾਡੇ ਕੋਲੋਂ ਜੋ ਵੀ ਸਰਦਾ ਹੀ ਗਰੀਬ ਦੀ ਮਦਦ ਵੀ ਕਰਦੇ ਰਹੀਏ, ਪਰਮਾਤਮਾ ਸਾਨੂੰ ਤਾਂ ਇਹ ਬਖਸ਼ਿਸ਼ ਦੇਵੇ ਵੀ ਅਸੀਂ ਗਰੀਬ ਦੀ ਮਦਦ ਕਰੀਏ ਅਤੇ ਗਰੀਬ ਨੂੰ ਉੱਤੇ ਚੱਕੀਏ। ਇਸ ਪਿੰਡ ਦੇ ਵਿੱਚ ਬਹੁਤ ਹੀ ਆਲੀਸ਼ਾਨ ਸ਼੍ਰੀ ਗੁਰੂ ਰਵਿਦਾਸ ਮੰਦਰ ਬਣਾਇਆ ਹੋਇਆ, ਪ੍ਰਬੰਧਕਾਂ ਵੱਲੋਂ ਉਸ ਮੰਦਰ ਦੇ ਬਿਲਕੁਲ ਨਾਲ ਇੱਕ ਬਹੁਤ ਹੀ ਆਲੀਸ਼ਾਨ ਸਤਸੰਗ ਘਰ ਬਣਾਇਆ ਜਾ ਰਿਹਾ। ਪ੍ਰਬੰਧਕ ਕਮੇਟੀ ਵਾਲੇ ਦੱਸਦੇ ਨੇ ਕਿ ਇਸ ਸਤਸੰਗ ਘਰ ਦੇ ਵਿੱਚ ਜਿੱਥੇ ਧਾਰਮਿਕ ਸਮਾਗਮ ਕੀਤੇ ਜਾਣਗੇ, ਉੱਥੇ ਇਲਾਕੇ ਭਰ ਦੇ ਅਤੇ ਪਿੰਡ ਵਾਸੀਆਂ ਦੇ ਉਹਨਾਂ ਲੋੜਵੰਦ ਲੋਕਾਂ ਨੂੰ ਬੜੀ ਸਹੂਲਤ ਹੋਏਗੀ, ਜਿਹੜੇ ਆਪਣੇ ਲੜਕੀਆਂ ਦੀ ਸ਼ਾਦੀ ਉੱਥੇ ਕਰ ਸਕਦੇ ਨੇ, ਹੋਰ ਵੀ ਤਰ੍ਹਾਂ ਤਰ੍ਹਾਂ ਦੇ ਸਮਾਗਮ ਕਰ ਸਕਦੇ ਨੇ ਐਜ਼ ਏ ਕਮਿਊਨਿਟੀ ਹਾਲ। ਕੋਲ ਮੇਰੇ ਕੋਲ ਬੈਠੇ ਨੇ ਇਸ ਵੇਲੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ। ਹਾਂਜੀ, ਇਹ ਦਰਬਾਰ ਜਿਹੜਾ ਮੰਦਰ ਹੈ ਇਹ ਕਦੋਂ ਤੋਂ ਬਣਿਆ ਜੀ? ਹਾਂਜੀ ਸ਼੍ਰੀਮਾਨ ਜੀ, ਇਹ ਇਸ ਗੁਰੂ ਘਰ ਦੀ ਸਥਾਪਨਾ ਜਿਹੜੀ ਉਹ 1936 ਦੇ ਵਿੱਚ ਹੋਈ ਹੈ ਜੀ। ਜੀ, ਇਹ ਸੰਤ ਬਾਬਾ ਗੁਲਾਬਦਾਸ ਜੀ ਦੀ ਰਹਿਨਮਾਈ ਹੇਠ ਜੀ। ਹਾਂਜੀ, ਉਸ ਤੋਂ ਉਪਰੰਤ ਸੰਤ ਰਾਮ ਜੀ ਮਹਾਰਾਜ ਵੀ ਇੱਥੇ ਆ ਗਏ, ਦੋਨੋਂ ਨੇ ਆਪਣਾ ਜੀਵਨ ਬੜਾ ਸੋਹਣਾ ਬਤੀਤ ਕੀਤਾ। 1941 ਦੇ ਵਿੱਚ ਬਾਬਾ ਸੰਤ ਰਾਮ ਜੀ ਚੜ੍ਹਾਈ ਕਰ ਗਏ। ਉਸ ਤੋਂ ਉਪਰੰਤ ਸੰਤ ਹਰੀਦਾਸ ਜੀ ਮਹਾਰਾਜ, ਸੰਤ ਬੇਅੰਤ ਦਾਸ ਜੀ ਮਹਾਰਾਜ ਇਸ ਡੇਰੇ ਨੂੰ ਚਲਾਉਣ ਵਾਸਤੇ ਉਹ ਵੀ ਸਥਾਪਿਤ ਇੱਥੇ ਮੌਜੂਦ ਸਨ। ਉਹਨਾਂ ਨੇ ਫਿਰ ਇਹਦਾ ਸਾਰਾ ਕਾਰੋਬਾਰ ਸੰਭਾਲਿਆ। ਉਸ ਤੋਂ ਉਪਰੰਤ ਇਹ 1954 ਦੇ ਵਿੱਚ ਸੰਤ ਗੁਲਾਬਦਾਸ ਜੀ ਮਹਾਰਾਜ ਆਪਣਾ ਸਰੀਰ ਤਿਆਗ ਗਏ, ਜੋਤੀ ਜੋਤ ਸਮਾ ਗਏ। ਹਾਂਜੀ, ਉਸ ਤੋਂ ਉਪਰੰਤ ਸ਼੍ਰੀ ਚਮਨਦਾਸ ਜੀ ਮਹਾਰਾਜ, ਉਹਨਾਂ ਨੇ ਆਪ ਇਹ ਸੰਭਾਲਿਆ ਸਾਰਾ ਕੰਮ ਇਸ ਗੁਰੂ ਘਰ ਦਾ। ਉਹ ਵੀ 15-16 ਸਾਲ ਉਹਨਾਂ ਨੇ ਵੀ ਉਹਨਾਂ ਦੀ ਰਹਿਨਮਾਈ ਹੇਠ ਸਾਰਾ ਕੰਮ ਪਿੰਡ ਦੇ ਸਹਿਯੋਗ ਦੇ ਨਾਲ ਹੋਇਆ। ਉਹ ਵੀ ਹੁਣ 4 ਕੁ ਮਹੀਨੇ ਹੋ ਗਿਆ, ਉਹ ਵੀ ਆਪਣਾ ਸੀਟ 'ਤੇ ਆ ਗਿਆ। ਉਸ ਤੋਂ ਉਪਰੰਤ ਸ਼੍ਰੀ ਸੰਤ ਰਜੇਸ਼ ਦਾਸ ਜੀ, ਉਹ ਮੌਜੂਦ ਨੇ ਇਸ ਵਕਤ ਸਾਰੇ ਪਿੰਡ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਦੇ ਨਾਲ, ਕਮੇਟੀ ਦੇ ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ, ਦੂਰ ਦੁਰਾਡੇ ਤੋਂ ਦੇਸ਼ਾਂ ਪ੍ਰਦੇਸ਼ਾਂ ਤੋਂ ਵੀ ਜੋ ਸੰਗਤ ਸਾਥ ਦੇ ਰਹੀ ਆ ਉਹਨਾਂ ਦੇ ਸਹਿਯੋਗ ਦੇ ਨਾਲ ਇੱਕ ਬੜਾ ਵੱਡਾ ਹਾਲ ਜਿਹੜਾ ਹੈ ਸਤਸੰਗ ਭਵਨ ਉਹ ਤਿਆਰ ਕੀਤਾ ਜਾ ਰਿਹਾ ਜੀ, ਜਿਸ ਦੀ ਕਿ ਲੰਬਾਈ ਮੇਰਾ ਖਿਆਲ ਕਿ 70 ਫੁੱਟ ਚੌੜਾਈ ਔਰ 137 ਫੁੱਟ ਲੰਬਾਈ ਹੈ, ਔਰ ਸਾਰਾ ਸਰੀਆ ਔਰ ਸੀਮਿੰਟ ਦੇ ਇਹਦੇ ਨਾਲ ਹੀ ਤਿਆਰ ਕੀਤਾ ਜਾ ਰਿਹਾ ਹੈ। ਤਾਂ ਇਹਦੇ ਵਿੱਚ ਸਤਸੰਗ ਵੀ ਹੋਇਆ ਕਰੇਗਾ, ਲੰਗਰ ਹਾਲ ਇਹਦੇ ਵਿੱਚ ਲੰਗਰ ਵੀ ਛਕਾਇਆ ਜਾਏਗਾ। ਇਸ ਤੋਂ ਇਲਾਵਾ ਜਿੰਨੇ ਵੀ ਚਾਹੇ ਕੋਈ ਬਾਹਰਲਾ ਕੋਈ ਸੰਗਤ ਹੈ, ਚਾਹੇ ਕੋਈ ਆਪਣੇ ਸਾਡੇ ਪਿੰਡ ਦੀ ਹੈ, ਅਗਰ ਉਸ ਹਾਲ ਦਾ ਲੜਕੀਆਂ ਦੇ ਵਿਆਹ ਸ਼ਾਦੀਆਂ ਵਾਸਤੇ ਵੀ ਇਸਤੇਮਾਲ ਉਹ ਕਰ ਸਕਦੇ ਨੇ, ਉਹਨਾਂ ਨੂੰ ਇਜਾਜ਼ਤ ਇਸ ਗੁਰੂ ਘਰ ਦੀ ਜ਼ਰੂਰ ਹੋਵੇਗੀ। ਕਿਉਂਕਿ ਇੱਧਰਲੇ ਪਾਸੇ ਲੰਗਰ ਇਸ ਹਾਲ ਇਸ ਕਰਕੇ ਤਿਆਰ ਕੀਤਾ ਕਿ ਲੰਗਰ ਕਰਨ ਦੇ ਵਿੱਚ ਇਹ ਔਰ ਹਾਲ ਦੇ ਵਿੱਚ ਆਪਣੇ ਆਪਣੇ ਕਾਰੋਬਾਰ ਕਰਕੇ ਲੜਕੀਆਂ ਦੀ ਸ਼ਾਦੀ ਕਰਕੇ ਔਰ ਨਾਲ ਹੀ ਗੁਰੂ ਘਰ ਵੀ ਹੈ। ਇਹਦੇ ਵਿੱਚ ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਮੌਜੂਦ ਹੈ। ਇੱਥੇ ਆਨੰਦ ਕਾਰਜ ਵੀ ਕੀਤੇ ਜਾਂਦੇ ਨੇ ਔਰ ਨਾਲ ਹੀ ਆਨੰਦ ਕਾਰਜ ਵੀ ਇੱਥੇ ਹੋਇਆ ਕਰੇਗਾ ਅਤੇ ਇੱਧਰਲੇ ਪਾਸੇ ਸਾਰਾ ਵਿਆਹ ਦਾ ਵੀ ਇਹਨਾਂ ਦਾ ਸਾਰਾ ਪ੍ਰੋਗਰਾਮ ਹੋ ਕੇ ਅਤੇ ਇਸ ਪਿੰਡ ਨੂੰ ਬੜੀ ਇਸ ਚੀਜ਼ ਦੀ ਸਹੂਲਤ ਮਿਲ ਸਕਦੀ ਮਿਲੇਗੀ। ਤੁਹਾਡੇ ਪਿੰਡ ਦੇ ਵਿੱਚ ਕਿੰਨੇ ਸ਼੍ਰੀ ਗੁਰੂ ਰਵਿਦਾਸ ਮੰਦਰ ਨੇ? ਸਿਰਫ ਇੱਕ ਹੀ ਸ਼੍ਰੀ ਗੁਰੂ ਰਵਿਦਾਸ ਮੰਦਰ ਹੈ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰੀਤ ਸੰਦਰਵਾਲ। ਠੀਕ ਹੈ ਜੀ, ਤੁਸੀਂ ਔਰਤ ਵਰਗ ਨੂੰ ਸਮਾਜ ਦੇ ਬਰਾਬਰ ਕਰਨ ਦੇ ਲਈ ਕੀ ਯੋਗ ਉਪਰਾਲੇ ਕਰਦੇ ਹੋ? ਔਰਤਾਂ ਨੂੰ ਇਹ ਕਹੀਦਾ ਜਾ ਕੇ ਕਿ ਆਪਣੇ ਆਪਣੇ ਅਧਿਕਾਰ ਆਪਣੇ ਪਹਿਚਾਨੋ, ਆਪ ਨੂੰ ਕਿੰਨੇ ਕੇ ਜਨਾਨੀ ਔਰਤਾਂ ਨੂੰ ਕਿੰਨੇ ਅਧਿਕਾਰ ਮਿਲੇ ਹੋਏ ਆ,
ਹਰ ਇੱਕ ਅਧਿਕਾਰ ਵਾਸਤੇ ਅੱਗੇ ਅੱਗੇ ਹੋਣੀਆਂ ਚਾਹੀਦੀਆਂ ਵਾ। ਔਰਤਾਂ ਦਾ ਸਾਰਾ ਕੰਮ ਆਪ ਦਿਖਣਾ ਚਾਹੀਦਾ ਵਾ, ਕਿ ਇਹ ਨਹੀਂ ਕਿ ਕਿਸੇ ਦੇ ਸਿਰ ਦੇ ਉੱਤੇ ਬੈਠਣਾ ਚਾਹੀਦਾ, ਆਪਣਾ ਆਪ ਕੰਮ ਕਰਨਾ ਚਾਹੀਦਾ ਹੈਗਾ। ਅਤੇ ਹੋਰ ਇਹ ਹੈ ਕਿ ਔਰਤਾਂ ਨੂੰ ਜਿਹੜਾ ਵੀ ਕੰਮ ਹੈਗਾ ਵਾ, ਔਰਤਾਂ ਆਪ ਅੱਗੇ ਹੋ ਕੇ ਕਰਨ। ਤੁਹਾਨੂੰ ਕੀ ਲੱਗਦਾ ਹੈ, ਜਿਵੇਂ ਸਰਕਾਰ ਵੱਲੋਂ ਜਿੰਨੇ ਔਰਤ ਵਰਗ ਨੂੰ ਸਹੂਲਤਾਂ ਮਿਲੀਆਂ ਨੇ, ਅਧਿਕਾਰ ਮਿਲੇ ਨੇ, ਕੀ ਔਰਤਾਂ ਨੂੰ ਉਹਦਾ ਗਿਆਨ ਹੈ ਜਾਂ ਉਹਨਾਂ ਸਹੂਲਤਾਂ ਦਾ, ਉਹਨਾਂ ਅਧਿਕਾਰਾਂ ਦਾ ਫਾਇਦਾ ਲੈ ਰਹੀਆਂ ਨੇ ਔਰਤਾਂ? ਨਹੀਂ, ਔਰਤਾਂ ਨੂੰ ਬਿਲਕੁਲ ਵੀ ਇਹਨਾਂ ਗੱਲਾਂ ਦਾ ਪਤਾ ਨਹੀਂ ਕਿ ਸਾਡੇ ਅਧਿਕਾਰ ਕਿੰਨੇ ਹੈ, ਕੀ ਹੈ ਕੀ ਨਹੀਂ। ਔਰਤਾਂ ਬਸ ਜੇ ਕੋਈ ਸਰਪੰਚੀ 'ਤੇ ਖੜ੍ਹਦੀ ਹੈ ਉਹਦੇ ਮਤਲਬ ਜੈਂਟਸ ਹੀ ਉਹਨਾਂ ਦੇ ਸਾਈਨ ਕਰਦੇ, ਨਾ ਕਿ ਔਰਤਾਂ ਆਪਣੇ ਅਧਿਕਾਰ ਪੂਰੇ ਵਰਤਦੀਆਂ ਨਹੀਂ। ਔਰਤਾਂ ਨੂੰ ਇਹ ਚਾਹੀਦਾ ਕਿ ਆਪਣਾ ਅਧਿਕਾਰ ਆਪਣੇ ਆਪ ਕਰਨ, ਜੋ ਵੀ ਅਜੇ ਸਰਪੰਚ ਖੜ੍ਹੀ ਹੈ ਉਹਨੂੰ ਸਰਪੰਚੀ ਦਾ ਹੀ ਕੰਮ ਆਪ ਕਰਨਾ ਚਾਹੀਦਾ। ਅੱਜ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਜਿਵੇਂ ਔਰਤਾਂ ਦੇ ਘਰ ਦੇ ਜਿਹੜੇ ਆ, ਉਹਨਾਂ ਦੇ ਘਰਵਾਲਾ ਹੋਇਆ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਹੋਇਆ ਜਾਂ ਉਹਨਾਂ ਦੇ ਭਰਾ ਹੋਏ, ਉਹ ਨਸ਼ੇ ਕਰਦੇ ਹੋਣਗੇ, ਅਤੇ ਪਰ ਉਹ ਪੀੜਿਤ ਔਰਤਾਂ ਨੇ, ਅਤੇ ਉਹਨਾਂ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਔਰਤਾਂ ਨੂੰ ਇਹ ਚਾਹੀਦਾ ਕਿ ਆਪਣੇ ਬੱਚਿਆਂ ਦੇ ਪਤਾ ਦੇਖੋ, ਬੱਚਿਆਂ ਨੂੰ ਆਪਣੇ ਆਪ ਦੇਖਣਾ ਚਾਹੀਦਾ, ਮਾਂ ਬਾਪ ਨੂੰ। ਮਾਵਾਂ ਇਹ ਦੇਖਦੀਆਂ ਕਿ ਬੱਚੇ ਸਾਡੇ ਕਿੱਥੇ ਜਾ ਰਹੇ, ਕਿੱਥੇ ਨਹੀਂ, ਉਹਨਾਂ ਨੂੰ ਉਹਦਾ ਪਿੱਛਾ ਬੱਚੇ ਦਾ ਦੇਖਣਾ ਚਾਹੀਦਾ। ਜੇ ਮਾਵਾਂ ਜਿਹੜੀਆਂ ਨਹੀਂ ਦੇਖਦੀਆਂ, ਉਹੀ ਬੱਚੇ ਨਸ਼ਿਆਂ ਦੇ ਵਿੱਚ ਜ਼ਿਆਦਾ ਰੁੱਝਦੇ ਪਏ ਆ। ਅੱਜ ਅਸੀਂ ਦੇਖ ਰਹੇ ਹਾਂ ਕਿ ਲੜਕੀਆਂ ਬਹੁਤ ਵੱਡੇ ਵੱਡੇ ਅਹੁਦਿਆਂ 'ਤੇ ਬੈਠੀਆਂ ਨੇ, ਪ੍ਰਸ਼ਾਸਨਿਕ ਅਹੁਦਿਆਂ 'ਤੇ ਬੈਠੀਆਂ ਨੇ, ਅਫਸਰ ਨੇ, ਵਕੀਲ ਨੇ, ਜੱਜ ਨੇ, ਇੰਜੀਨੀਅਰ ਨੇ, ਡਾਕਟਰ ਨੇ, ਪਾਇਲਟ ਨੇ, ਹਰ ਰਾਜ ਗੱਦੀ 'ਤੇ ਬੈਠੀਆਂ ਨੇ, ਪ੍ਰਧਾਨ ਮੰਤਰੀ ਰਹਿ ਚੁੱਕੀ ਹੈ, ਯੂਪੀ ਦੇ ਵਿੱਚ ਮੁੱਖ ਮੰਤਰੀ ਮਾਇਆਵਤੀ ਰਹਿ ਚੁੱਕੀ ਹੈ, ਫਿਰ ਵੀ ਅੱਜ ਸਾਡੇ ਪੰਜਾਬ ਦੇ ਵਿੱਚ ਜਿਹੜੇ ਔਰਤ ਵਰਗ ਹੈ ਉਹ ਚਾਰ ਦੀਵਾਰੀ ਦੇ ਅੰਦਰ ਹੀ ਹੈ, ਕੈਦ ਮਹਿਸੂਸ ਕਰ ਰਹੀ ਹੈ। ਇਹ ਔਰਤ ਵਰਗ ਕਦੋਂ ਬਰਾਬਰ ਆਏਗੀ ਮਰਦ ਪ੍ਰਧਾਨ ਸਮਾਜ ਦੇ? ਜੇ ਔਰਤਾਂ ਆਪ ਅੱਗੇ ਹੋ ਕੇ ਸਾਰੇ ਕੰਮ ਆਪਣੇ ਦੇਖਣ ਕਿ ਅਸੀਂ ਆਪ ਇਹ ਕੰਮ ਕਰਨਾ ਹੈ, ਅਸੀਂ ਮਰਦਾਂ ਦੇ ਸਿਰ 'ਤੇ ਨਹੀਂ ਰਹਿਣਾ, ਫਿਰ ਉਹ ਅੱਗੇ ਵੱਧ ਸਕਦੀਆਂ। ਤੁਹਾਨੂੰ ਕੀ ਲੱਗਦਾ ਵੀ ਇਹਨਾਂ ਨੂੰ ਆਪਣੇ ਹੱਕਾਂ ਲਈ ਆਪ ਲੜਨਾ ਪਏਗਾ ਜਾਂ ਇਹ ਚਾਹੁੰਦੀਆਂ ਨੇ ਕਿ ਸਾਨੂੰ ਕੋਈ ਪਰੋਸ ਕੇ ਦੇਵੇ? ਨਹੀਂ, ਆਪਣੇ ਹੱਕਾਂ ਲਈ ਆਪ ਲੜਨਾ ਪੈਣਾ ਵਾ, ਕਿਸੇ ਨੇ ਪਰੋਸ ਕੇ ਤਾਂ ਦੇਣਾ ਨਹੀਂ, ਆਪ ਲੜਨਾ ਪੈਣਾ ਵਾ ਆਪਣੇ ਹੱਕਾਂ ਵਾਸਤੇ। ਹੁਣ ਅੱਜ ਮੈਨੂੰ ਵੀ ਥੋੜ੍ਹੀਆਂ ਗੱਲਾਂ ਦਾ ਗਿਆਨ ਹੋਇਆ ਵਾ, ਨਹੀਂ ਤਾਂ ਮੈਨੂੰ ਵੀ ਨਹੀਂ ਸੀ ਪਤਾ ਜਿਹੜੀਆਂ ਗੱਲਾਂ ਨਹੀਂ ਪਤਾ। ਪਤਾ ਕਿ ਆਪ ਹਰ ਇੱਕ ਅਸੀਂ ਅਧਿਕਾਰ ਆਪਣੇ ਲੈ ਸਕਦੇ ਹੈਗੇ। ਬੀਬੀ ਜੀ, ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਕਿ ਔਰਤ ਵਰਗ ਦੇ ਲਈ ਤੁਸੀਂ ਬੜੇ ਯੋਗ ਉਪਰਾਲੇ ਕਰਦੇ ਹੋ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸੇ ਤਰੀਕੇ ਦੇ ਨਾਲ ਔਰਤ ਵਰਗ ਨੂੰ ਜਾਗਰੂਕ ਕਰਨ ਦੇ ਲਈ ਸਦਾ ਲੱਗੇ ਰਹੋ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਫਰੈਂਡਸ, ਫੁੱਟਬਾਲ ਕਲੱਬ ਬਜਵਾੜਾ ਦੀ ਟੀਮ ਨੇ ਸਪੋਰਟਸ ਦੇ ਖੇਤਰ ਵਿੱਚ ਬੁਲੰਦੀਆਂ ਨੂੰ ਛੂਹ ਕੇ ਟੀਮ ਅਤੇ ਪਿੰਡ ਦਾ ਨਾਮ ਰੋਸ਼ਨ ਕੀਤਾ। ਦੂਰ ਦਰੇਡੇ ਤੋਂ ਸੁੱਖ ਸੁਨੇਹੇ ਲਿਆਉਂਦਾ ਹੈ ਇੱਥੋਂ ਦਾ ਡਾਕਘਰ, ਸ਼੍ਰੀ ਮਗਨ ਪਾਵਨ ਧਾਮ ਜੈਨ ਮੰਦਰ। ਪਿੰਡ ਦੀ ਦਿੱਖ ਨੂੰ ਚਾਰ ਚੰਨ ਲਗਾਉਂਦਾ ਹੈ ਅਜੀਤ ਸਿੰਘ ਬਾਜਵਾ ਮੈਮੋਰੀਅਲ ਗੇਟ। ਡੇਰਾ ਬਾਬਾ ਸ਼ੇਖ ਸਾਬਰ ਜੀ, ਜਿੱਥੇ ਹਰ ਸਾਲ ਮੇਲਾ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਜਾਂਦਾ ਹੈ। ਗੁਰਦੁਆਰਾ ਸਿੰਘ ਸਭਾ ਛਾਉਣੀ ਨਿਹੰਗ ਸਿੰਘਾਂ, ਰਾਧਾ ਸਵਾਮੀ ਸਤਸੰਗ ਘਰ ਬਿਆਸ, ਪ੍ਰਾਚੀਨ ਸ਼ਿਵਾਲਿਆ ਬੌਲੀ ਵਾਲਾ ਮੰਦਰ, ਸ਼੍ਰੀ ਗੁਰੂ ਰਵਿਦਾਸ ਮੰਦਰ ਜਿੱਥੇ ਗੱਦੀ ਨਸ਼ੀਨ ਸੰਤ ਰਾਜੇਸ਼ ਦਾਸ ਜੀ ਸੇਵਾਵਾਂ ਨਿਭਾ ਰਹੇ ਹਨ। ਇਸ ਮੰਦਰ ਦੇ ਅੰਦਰ ਸੰਤ ਰਾਮ ਜੀ, ਸੰਤ ਗੁਲਾਬਦਾਸ ਜੀ, ਸੰਤ ਹਰੀਦਾਸ ਜੀ ਦੀ ਯਾਦ ਦਿਲਾਉਂਦੀ ਹੈ।
ਇੱਥੇ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਵੱਲੋਂ ਆਲੀਸ਼ਾਨ ਸਤਸੰਗ ਘਰ ਉਸਾਰਿਆ ਜਾ ਰਿਹਾ ਹੈ। ਸਿੱਧ ਸ਼੍ਰੀ ਬਾਬਾ ਬਾਲਕ ਨਾਥ ਮੰਦਰ ਸੰਨ 1925 ਤੋਂ ਸੇਵਾਵਾਂ ਪ੍ਰਦਾਨ ਕਰਦਾ ਆ ਰਿਹਾ ਹੈ ਲਾਲਾ ਚੂਨੀ ਲਾਲ ਫਰੀ ਹਸਪਤਾਲ। ਲਾੜੀ ਸ਼ਿਵ ਮੰਦਰ ਬਜਵਾੜਾ ਇਸਤਰੀ ਸਤਸੰਗ ਸਭਾ, ਕਿੰਨੀਆਂ ਰੌਣਕਾਂ ਸਨ ਜਦੋਂ ਇੱਥੇ ਖਚਾ ਖਚ ਭਰਿਆ ਹੋਇਆ ਬਾਜ਼ਾਰ ਹੋਇਆ ਕਰਦਾ ਸੀ, ਪਰ ਹੁਣ ਇਹ ਵੀਰਾਨ ਪਈਆਂ ਇਮਾਰਤਾਂ ਜਿਵੇਂ ਇਹ ਦਰਸਾ ਰਹੀਆਂ ਹੋਣ ਕਿ ਜਿੱਧਰ ਗਏ ਬਾਣੀਏ ਉੱਧਰ ਗਏ ਵਪਾਰ। ਦੇਸ਼ ਦੀ ਰਾਜਧਾਨੀ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਮੈਡਮ ਅੰਬਿਕਾ ਸੋਨੀ ਦਾ ਜੱਦੀ ਘਰ ਵੀ ਇੱਥੇ ਹੀ ਹੈ ਜਿੱਥੇ ਉਹਨਾਂ ਨੇ ਆਪਣਾ ਬਚਪਨ ਗੁਜ਼ਾਰਿਆ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਰਸ਼ਨੀ ਗੇਟ, ਗੁਰਦੁਆਰਾ ਗੁਰਦੇਵ ਮਾਤਾ ਸੁੰਦਰ ਕੌਰ ਜੀ ਬਜਵਾੜਾ ਕਲਾਂ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦਰਬਾਰ ਸਾਈਂ ਬਾਬਾ ਮੁਰਾਦ ਸ਼ਾਹ ਜੀ, ਦਰਬਾਰ ਸਾਈਂ ਮੌਲੇ ਸ਼ਾਹ ਜੀ, ਬਾਬਾ ਗੁੱਗਾ ਪੀਰ ਮੰਦਰ ਬਜਵਾੜਾ ਕਲਾਂ, ਪਿੰਡ ਵਾਸੀਆਂ ਦੇ ਉੱਦਮ ਦੀ ਨਿਸ਼ਾਨੀ ਥੜੇ ਜਿੱਥੇ ਥੱਕੇ ਟੁੱਟੇ ਰਾਹੀਂ ਆਰਾਮ ਕਰਕੇ ਸਕੂਨ ਮਹਿਸੂਸ ਕਰਦੇ ਹਨ, ਜਿੱਥੇ ਬੱਚੇ ਆਪਣੇ ਮਨ ਪਰਚਾਵੇ ਲਈ ਮਨ ਭਾਉਂਦੀਆਂ ਖੇਡਾਂ ਵੀ ਖੇਡਦੇ ਹਨ, ਸ਼ਿਵ ਮੰਦਰ ਜਿੱਥੇ ਕਿ ਮਾਂ ਦੁਰਗਾ ਮੰਦਰ ਵੀ ਸਥਿਤ ਹੈ, ਇੱਥੇ ਪੰਡਿਤ ਰਵੀ ਕੁਮਾਰ ਅਤੇ ਨੀਲਮ ਜੀ ਸੇਵਾਵਾਂ ਨਿਭਾ ਰਹੇ ਹਨ। ਪ੍ਰਾਚੀਨ ਮੰਦਰ ਸਾਈਂ ਸਰਵੰਗ ਸਾਹਿਬ ਜੀ, ਬਾਬਾ ਪੀਰ ਬਣੋਈ ਜੀ, ਦਰਬਾਰ ਬਾਬਾ ਪੰਜ ਪੀਰ ਜੀ, ਦਰਬਾਰ ਬਾਬਾ ਨਾਂਗਾ ਜੀ, ਉੱਭਰਦੇ ਕਲਾਕਾਰ ਗਾਇਕਾ ਰਜਨੀ ਬਜਵਾੜਾ ਅਤੇ ਸਿੰਗਰ ਬੱਬਾ। ਲੋਕੀ ਪੁੱਛਦੇ ਨੇ ਮੇਰੇ ਕੋਲੋਂ ਚੜਿਆ ਰਹਿੰਦਾ ਮੇਰੇ ਯਾਰ ਮੇਰੇ ਤੋਂ ਸ਼ਿਕਵਾਏ ਹੋਲਾ ਮਹਿਫਿਲ ਨਾਲ ਦੂਰ ਕਦਾ ਕਿੰਜ ਦੱਸਾਂ ਮੈਂ ਗੱਲ ਦਿਲ ਦੀ ਹੋਲਾ ਲੋਕਾਂ ਵਿੱਚ ਮਸ਼ਹੂਰ ਕਦਾ ਮਹਾਤਮਾ ਹੰਸਰਾਜ ਜੀ ਦੀ ਸਮਾਰਕ, ਜਿਨ੍ਹਾਂ ਨੇ ਸੰਨ 1886 ਵਿੱਚ BA ਪਾਸ ਕੀਤੀ ਅਤੇ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਆਪਣਾ ਜੀਵਨ ਅਤੇ ਸਾਰੀ ਜਾਇਦਾਦ ਲੇਖੇ ਲਾ ਦਿੱਤੀ। ਉਹਨਾਂ ਦੀ ਯਾਦ ਵਿੱਚ ਇੱਥੇ ਆਲੀਸ਼ਾਨ ਲਾਇਬ੍ਰੇਰੀ ਸਥਿਤ ਹੈ, ਜਿੱਥੇ ਲੋਕ ਕਿਤਾਬਾਂ ਪੜ੍ਹ ਕੇ ਗਿਆਨ ਹਾਸਲ ਕਰਦੇ ਹਨ ਤਾਂ ਕਿ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ ਜਾ ਸਕੇ। ਆਪਣੇ ਲੰਬੇ ਸਮੇਂ ਦੇ ਜੀਵਨ ਕਾਲ ਦੇ ਤਜ਼ਰਬਿਆਂ 'ਚੋਂ ਗੁਜ਼ਰਦੇ ਹੋਏ ਚੰਗੇ ਅਤੇ ਮਾੜੇ ਦੀ ਕਸੌਟੀ ਦੇ ਤਰਾਸ਼ੇ ਵਿਚਾਰ ਸਮਾਜ ਨੂੰ ਸੰਭਾਲਦੇ ਹੋਏ ਕਬੀਰ ਬੁਲਬੁਲਾ ਪਾਣੀ ਦਾ ਇਹ ਤੇਰੀ ਔਕਾਤ ਜਿਸ ਘਰ ਮੌਜਾਂ ਮਾਣੀਆਂ ਰਹਿਣ ਨਹੀਂ ਦਿੰਦੇ ਰਾਤ, ਇਹਨਾਂ ਸਤਰਾਂ ਨੂੰ ਸਦਾ ਯਾਦ ਰੱਖਣ ਲਈ ਮਜ਼ਬੂਰ ਕਰਦਾ ਹੈ ਇਹ ਸ਼ਮਸ਼ਾਨ ਘਾਟ। ਵਿਸ਼ੇਸ਼ ਸਹਿਯੋਗੀ NRI ਜੋਤੀ ਲਾਲ ਬਜਵਾੜਾ, ਜੇਕਰ ਤੁਸੀਂ ਵੀ ਆਪਣੇ ਪਿੰਡ ਦੀ ਦਸਤਾਵੇਜ਼ੀ ਫਿਲਮ ਜਾਂ ਖਾਸ ਸ਼ਖਸੀਅਤ ਦੀ ਇੰਟਰਵਿਊ 3rd Eye ਤੇ ਚੈਨਲ 'ਤੇ ਦਿਖਾਉਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ ਹਰਦੀਪ ਸਿੰਘ ਤੱਗੜ 99154-23252, ਨਿਰਮਲ ਗੁੜਾ 98146-65070। ਚਲਦੇ ਜਾਣਾ ਏ ਉਹ ਰਸਤਾ ਰਾਹ ਦਿਖਾ ਰਿਹਾ ਵਿਰਸੇ ਦੀਆਂ ਮਹਿਕਾਂ ਮੇਰੇ ਸਾਹਾਂ ਵਿੱਚ ਰਲੀਆਂ।